ਗੁਰਦੁਆਰਾ ਸਿਖਾਉਂਦੀ ਹੈ, ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੀ ਹਾਂ। ਗੁਰਦੁਆਰਾ ਸਾਹਿਬ ਹੋਈ ਸਰੋਵਰ ਜੇ ਗੁਰਦੁਆਰਾ ਸਾਹਿਬ ਪ੍ਰਸ਼ਾਦ ਕੱਢਦੇ ਕੇ ਕਿਆ ਕਰਾ ਗਿਆ ਤੂੰ ਕਰਾ ਘੜਾ ਭਰਾ ਇੰਨੀ ਜਗ੍ਹਾ ਹੈ ਤੂੰ ਚੱਲੇ ਆਪਾਂ ਦੇਖ ਲਿਆ ਗੁਰਦਾਸਪੁਰ ਤੋਂ ਬਾਰਡਰ ਪੈਂਦਾ ਵਾ ਕੋਈ 25 ਕਿਲੋਮੀਟਰ ਤੇ ਬੜਾ ਸਾਫ ਨਹੀਂ ਆਉਂਦੀ ਉਸ ਤੋਂ ਹੋ ਗਈ ਆ ਬੜਾ ਸਾਫ ਪੋਲਿੰਗ ਕੋਸਟ ਪਰ ਇਹ ਕੀ ਚੀਜ਼ ਆ ਇਹ ਉਹ ਨਹੀਂ ਆ ਪੰਪ ਦੇ ਆਪਣੇ ਇਹ ਡੁੱਬੀ ਬਣੀ ਉਹ ਡੁੱਬੀ ਇਹ ਪੋਲਣਾ ਪੋਲ ਹੀ ਪੋਲ ਇਹ ਪੋਲ ਬਣਾਇਆ ਪੋਲ ਉਹ ਇਹ ਤਾਂ ਬੰਦ ਗਏ ਇਹ ਆ ਗਿਆ ਪੁਲ ਦੇਖੋ ਪਾਣੀ ਜਾਣ ਡਿਆ ਵਗਣ ਡਿਆ ਅਤੇ ਇੱਥੋਂ ਹੁਣ ਰਹਿ ਗਿਆ ਬਾਰਡਰ ਉਹ ਸਾਹਮਣੇ ਬਾਰਡਰ ਹੀ ਆ ਇਸਲੇ ਆਪਣੇ ਸਵੇਰੇ ਪਿੰਡ ਆ ਸਾਹਮਣੇ ਬਾਰਡਰ ਹੀ ਆ ਅਤੇ ਮਗੀ ਬਾਰਡਰ ਉੱਤੇ ਲਾਸਟ ਪਿੰਡ ਹੀ ਪੈਂਦਾ ਵਾ ਬਾਰਡਰ 'ਤੇ ਲਾਸਟ ਪਿੰਡ ਲਾਸਟ ਪਿੰਡ ਪੈਂਦਾ ਬਾਰਡਰ 'ਤੇ ਵਾਲਾ ਤੂੰ ਹੁਣ ਤੁਹਾਨੂੰ ਪਲਾਗੂ ਜਾ ਅਤੇ ਹੁਣ ਬਸ ਥੋੜ੍ਹਾ ਰਹਿ ਗਿਆ ਤੂੰ ਇਹ ਸਾਹਮਣੇ ਸਵੇਰੇ ਪਿੰਡ ਬਾਰਡਰ ਹੀ ਆ ਅਤੇ ਜਿਹੜਾ ਇਹ ਪਾਣੀ ਜਾਂਦਾ ਅਤੇ ਪਾਣੀ ਇੱਧਰ ਪਾਕਿਸਤਾਨ ਦਾ ਪਾਕਿਸਤਾਨ ਹੀ ਜਾਂਦਾ ਤੁਹਾਨੂੰ
ਤੇ ਲੋਕੀ ਜ਼ਿਆਦਾ ਕਮਾਦ ਹੀ ਲਾਉਂਦੇ ਆ ਇੱਧਰ ਬਾਰਡਰ ਦੇ ਬਾਰਡਰ ਤੋਂ ਵੀ ਜ਼ਿਆਦਾ ਕਮਾਦ ਲਾਉਂਦੇ ਆ ਹੁਣ ਇਹਨੂੰ ਵੀਰ ਨੂੰ ਪੁੱਛਦੇ ਹਾਂ ਇੱਥੋਂ ਕਿੰਨੀ ਦੂਰ ਬਾਰਡਰ ਪੈਂਦਾ ਬਾਰਡਰ ਕਿੰਨੀ ਦੂਰ ਹੋਇਆ ਬਾਰਡਰ ਕਹਾਂ ਸੇ ਕਿੰਨੀ ਦੂਰ ਪੜਤਾ ਹੈ ਬਾਰਡਰ ਹਾਂ ਬਾਰਡਰ ਬਾਰਡਰ ਤੋਂ ਇਹ ਸਾਹਮਣੇ ਹੈ ਠੀਕ ਹੈ ਰਹਿੰਦੇ ਬਾਰਡਰ ਦੀ ਬਾਰਡਰ ਕਿੰਨੀ ਦੂਰ ਇਥੋਂ ਕਿੰਨੀ ਦੂਰ ਕਿੰਨੀ ਦੂਰ ਇਹ ਸਾਹਮਣੇ ਪਾਣੀ ਇਹਨੂੰ ਪਾਣੀ ਹੈਗਾ ਯਾਰ ਉਹ ਪਤਾ ਕਿਹੜਾ ਮੈਮ ਇਹ ਬਾਰਡਰ ਇਹ ਬਾਰਡਰ ਸਾਹਮਣੇ ਹੀ ਆ ਮੱਕੀ ਉਹ ਪੁੱਛਣਾ ਬਣਾ ਕਿਹਨੂੰ ਉਹੀ ਰਾਣੀ ਹੋਣਾ ਬਾਰਡਰ ਥੋੜ੍ਹਾ ਯਾਰ ਤੇ ਹੁਣ ਆਪਾਂ ਬਾਰਡਰ ਦੇ ਬਾਰਡਰ ਕੀ ਤਾਰ ਲੱਗੀ ਤਾਰ ਲੱਗੀ ਦੀ ਤੁਹਾਨੂੰ ਹੁਣ ਦਿਖਾਉਣੀ ਆ ਦੇਖੋ ਗੰਨੇ ਗੁਨੇ ਕਿਹਨਾਂ ਕਮਾਤਰਨ ਡਿਆ ਪਰਨੇ ਪੁਰਨੇ ਲਾਈ ਜਾਂਦੇ ਉਹਦੇ ਜਾਂਦੇ ਚੱਲ ਜਾਂਦੇ ਤਾਂ ਮੱਕੀਆਂ ਨੂੰ ਕਿਹਾ ਕਿ ਤੁਸੀਂ ਵੀਡੀਓ ਨੂੰ ਦੱਸਦੇ ਬਾਕੀ ਇਹ ਕਿ ਬਾਰਡਰ ਹੀ ਇਹ ਲੱਭਣੀ ਤੁਸੀਂ ਲੱਭਣੀ ਇਹ ਬਾਰਡਰ ਪਰਲੀ ਸਾਈਡ ਤਾਰ ਲੱਗੀ ਦੀ ਆ ਇਹ ਬਾਰਡਰ ਹੀ ਆ ਪਰਲੀ ਸਾਈਡ ਬਾਕੀ ਇਹ ਲਾਸਟ ਆ ਇਹ ਲਾ ਹਾਂ ਇਹ ਲਾਸਟ ਬਾਕੀ ਇਹ ਪੰਜਾਬ ਪੈਂਦਾ ਪੰਜਾਬ ਬਾਰਡਰ ਪੈਂਦਾ ਨਾ ਲਾਸਟ ਵਾਲਾ ਬਸ ਇਹ ਪਰਲੀ ਸਾਈਡ ਬਾਰਡਰ ਹੀ ਆ ਲੱਭਣੀ ਇਸ ਬੇਦੇ ਜੀ ਪਰਲੀ ਸਾਈਡ ਬਾਰਡਰ ਪਾਕਿਸਤਾਨ ਦਾ ਬਾਕੀ ਇਹ ਬਾਰਡਰ ਲਾਸਟ ਪੈਂਦਾ ਅਤੇ ਉੱਧਰੋਂ ਨਾ ਕੋਈ ਇੱਧਰ ਆ ਸਕਦਾ ਨਾ ਕੋਈ ਜਾ ਸਕਦਾ ਉੱਧਰ ਉਹਦੇ ਵਿੱਚ ਉਹ ਪੈਂਦੀ ਇੱਕ ਨਦੀ ਪੈਂਦੀ ਆ ਦਰਿਆ ਜਿਹਾ ਪੈਂਦਾ ਵਾ ਅਤੇ ਉਹੀ ਅੱਧਾ ਪਾਕਿਸਤਾਨ ਅੱਧੀ ਇੰਡੀਆ ਕਦੀ ਉਹ ਇੰਡੀਆ ਆਇਆ ਕਦੀ ਪਾਕਿਸਤਾਨ ਚੱਲ ਜਾਂਦਾ ਬਾਕੀ ਉਹ ਪਰਲੀ ਸਾਈਡ ਪੈਂਦਾ ਦਰਾਜ ਬਸ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਕੀ ਹੁਣ ਅੱਗੇ ਹੋਰ ਬਲੌਗ ਸ਼ੂਟ ਕਰਾਂਗੇ ਤੁਹਾਨੂੰ ਵੀਡੀਓ ਪਤਾ ਜਾਏਗੀ।